ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਲੋਕ ਸਭਾ ਸੀਟ ਤੇ ਇੱਕ ਵਾਰ ਫਿਰ ਜਿੱਤ ਮਿਲਣ ਤੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਉਹ ਕੋਈ ਖਾਸ ਆਦਮੀ ਨਹੀਂ ਹਨ ਬਲਕਿ ਇੱਕ ਆਮ ਆਦਮੀ ਹਨ ਅਤੇ ਉਹਨਾਂ ਨੇ ਹਮੇਸ਼ਾ ਤੋਂ ਹੀ ਲੋਕਾਂ ਦੀ ਸੇਵਾ ਕੀਤੀ ਹੈ। ਜਦਕਿ ਵਿਰੋਧੀਆਂ ਨੂੰ ਲੈ ਕੇ ਉਹਨਾਂ ਕਿਹਾ ਕਿ ਅਕਾਲੀ ਭਾਜਪਾ ਉਮੀਦਵਾਰ ਮਹਿਸ਼ਿੰਦਰ ਸਿੰਘ ਗਰੇਵਾਲ ਜੇਕਰ ਆਪਣੇ ਲੈਵਲ ਤੇ ਲੜਦੇ ਤਾਂ ਸ਼ਾਇਦ ਉਹਨਾਂ ਦੀ ਜ਼ਮਾਨਤ ਵੀ ਜ਼ਬਤ ਹੋ ਜਾਂਦੀ। ਬਹੁਤ ਵੱਡੀ ਜਿੱਤ ਆ ਜਿਹੜੀ ਲੁਧਿਆਣੇ ਨੇ ਖਾਸ ਤੌਰ 'ਤੇ ਦਿੱਤੀ ਆ। ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਚਾਹੇ ਕਿੰਨੀ ਵੀ ਕਿਸੇ ਦੀ ਕੋਈ ਲਹਿਰ ਹੋਵੇ, ਪਰ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਮੇਰਾ ਰਿਸ਼ਤਾ ਜਿਹੜਾ ਹੈ ਉਹ ਲੁਧਿਆਣੇ ਨਾਲ ਕੋਈ ਪਾਰਟੀ ਵਾਲਾ ਰਿਸ਼ਤਾ ਨਹੀਂ, ਮੇਰਾ ਰਿਸ਼ਤਾ ਖੂਨ ਦਾ ਰਿਸ਼ਤਾ ਹੈ। ਸਰਦਾਰ ਬੇਅੰਤ ਸਿੰਘ ਜੀ ਦਾ ਜੋ ਰਿਸ਼ਤਾ ਸੀ ਉਹ ਉਹਨਾਂ ਦੀ ਪੀੜ੍ਹੀ ਵਾਲੇ ਮੇਰੇ ਦਾਦੇ ਦੀ ਉਮਰ ਦੇ ਆ, ਮੇਰੇ ਉਹ ਮੈਨੂੰ ਆਪਣਾ ਪੋਤਾ ਸਮਝਦੇ ਆ। ਜਿਹੜੇ ਮੇਰੇ ਫਾਦਰ ਹੋਣਾ ਦੀ ਏਜ ਉਹ ਮੈਨੂੰ ਆਪਣਾ ਬੇਟਾ ਸਮਝਦੇ ਆ, ਅਤੇ ਜਿਹੜੇ ਨੌਜਵਾਨ ਨੇ ਉਹ ਨੌਜਵਾਨ ਮੈਨੂੰ ਆਪਣਾ ਭਾਈ ਭੈਣ ਸਮਝਦੇ ਆ, ਭੈਣਾਂ ਮੈਨੂੰ ਆਪਣੀਆਂ ਭਾਈ ਸਮਝਦੀਆਂ, ਭਰਾ ਮੇਰੇ ਮੈਨੂੰ ਭਰਾ ਸਮਝਦੇ ਆ। ਅਤੇ ਮੈਂ ਪਹਿਲਾਂ ਕਿਹਾ ਸੀ ਵੀ ਮੇਰੀ ਪਰਿਵਾਰਕ ਜਿਹੜੀ ਲੁਧਿਆਣੇ 'ਚ ਜਿਹੜੀ ਮੇਰਾ ਇੱਕ ਰਿਸ਼ਤਾ ਹੈ ਜੁੜਿਆ ਹੋਇਆ ਤਿੰਨ ਪੀੜ੍ਹੀਆਂ ਦਾ, ਉਹ ਰਿਸ਼ਤਾ ਮੈਨੂੰ ਜਿਤਾਏਗਾ ਚਾਹੇ ਕਿੰਨੀ ਵੀ ਮੋਦੀ ਲਹਿਰ ਹੋਵੇ। ਪਰ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਮੋਦੀ ਲਹਿਰ ਨਹੀਂ, ਕਿਉਂਕਿ ਪੰਜਾਬ ਨੂੰ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਆ ਜਿਹੜਾ ਮੋਦੀ ਸਾਹਿਬ ਨੇ ਕੀਤਾ। ਲੁਧਿਆਣੇ ਰੈਲੀ ਤੱਕ ਨਹੀਂ ਆਏ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਮੈਂ ਲੁਧਿਆਣੇ ਨੂੰ ਕੁਛ ਦਿੱਤਾ ਹੀ ਨਹੀਂ 5 ਸਾਲ ਦੇ ਵਿੱਚ। ਇਸ ਕਰਕੇ ਲੁਧਿਆਣੇ ਨੇ ਜਵਾਬ ਉਹਦਾ ਬੜਾ ਠੋਕ ਕੇ ਦਿੱਤਾ ਕਿਉਂਕਿ ਹਰ ਪਾਸੇ ਐਡੇ ਸਖਤ ਮੁਕਾਬਲੇ ਸੀ। ਨਹੀਂ ਤਾਂ ਜੇ ਮੋਦੀ ਸਾਹਿਬ ਦੇ ਨਾਂ 'ਤੇ ਵੋਟਾਂ ਨਾ ਮੰਗਦੇ ਮਹੇਸ਼ਿੰਦਰ ਜੀ, ਜੇ ਅਕਾਲੀ ਦਲ ਦੇ ਨਾਂ 'ਤੇ ਵੋਟਾਂ ਮੰਗਦੇ ਤਾਂ ਸ਼ਾਇਦ ਇਹਨਾਂ ਦੀ ਜ਼ਮਾਨਤ ਜ਼ਬਤ ਹੋ ਜਾਂਦੀ। ਇਹਨਾਂ ਨੇ ਅਖੀਰਲਾ ਮੋਦੀ ਸਾਹਿਬ ਦੇ ਨਾਂ 'ਤੇ ਵੋਟਾਂ ਮੰਗ ਕੇ ਆਪਣੀ ਜ਼ਮਾਨਤ ਬਚਾਈ ਆ, ਨਹੀਂ ਇਹਨਾਂ ਦੀ ਵੀ ਆਮ ਆਦਮੀ ਪਾਰਟੀ ਵਾਂਗੂ ਜ਼ਮਾਨਤ ਜ਼ਬਤ ਹੁੰਦੀ। ਜਦਕਿ ਸਿਮਰਜੀਤ ਸਿੰਘ ਬੈਂਸ ਨੂੰ ਲੈ ਕੇ ਉਹਨਾਂ ਕਿਹਾ ਕਿ ਵੱਡੇ ਵੱਡੇ ਦਾਅਵੇ ਕਰਨ ਅਤੇ ਜਾਲੀ ਸੀਡੀ ਬਣਾਉਣ ਨਾਲ ਲੋਕਾਂ ਦਾ ਭਰੋਸਾ ਨਹੀਂ ਜਿੱਤਿਆ ਜਾ ਸਕਦਾ। ਉਹਨਾਂ ਉਮੀਦ ਜ਼ਾਹਿਰ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੁਧਿਆਣਾ ਦੇ ਵਿਕਾਸ ਵੱਲ ਵੀ ਧਿਆਨ ਦੇਣਗੇ। ਜਿਹੜੇ ਬੈਂਸ ਸਾਹਿਬ ਜਿਨ੍ਹਾਂ ਨੂੰ ਬੜੀ ਵੱਡੀ ਹਮੇਸ਼ਾ ਗਲਤ ਫਹਿਮੀ ਰਹਿੰਦੀ ਆ ਬਈ ਹਮੇਸ਼ਾ ਮੈਂ ਹੀ ਸ਼ਾਇਦ ਸੱਚ ਦੇ ਰਾਹ 'ਤੇ ਚੱਲਣਾ, ਅਸੀਂ ਓਪਨ ਚੈਲੰਜ ਕੀਤਾ ਸੀ ਵੀ ਭਾਈ ਜੇ ਤਾਕਤ ਆ ਜੇ ਜਾਨ ਆ ਕਿਸੇ 'ਚ ਸਾਡੇ 'ਤੇ ਰੋਪ ਲਾ ਕੇ ਦਿਖਾਓ। ਅਤੇ ਇਸ ਕਰਕੇ ਬੋਰਡਾਂ 'ਤੇ ਲਾ ਕੇ ਆਪਣੀਆਂ ਫੋਟੋਆਂ ਪਬਲਿਸਿਟੀ, ਜਿਹੜਾ ਕਹਿੰਦੇ ਸੀ ਦਿਹਾਤ ਦੇ ਵਿੱਚ ਮੈਨੂੰ ਬੜੀ ਵੋਟ ਪਏਗੀ, ਦਿਹਾਤ 'ਚ ਦੇਖ ਲਿਆ ਹਾਲ। ਦਿਹਾਤ 'ਚ ਉਹ ਆਮ ਆਦਮੀ ਦਾ ਇੱਕ ਜਿਹੜਾ ਉਹ ਅਲੱਗ ਉਸ ਵੇਲੇ ਜਲਵਾ ਸੀ, ਅਲੱਗ ਇੱਕ ਮੈਂ ਸਮਝਦਾ ਲੋਕਾਂ ਦਾ ਇੱਕ ਹਜੂਮ ਸੀ ਜਿਹੜਾ ਕਿ ਬੈਂਸ ਸਾਹਿਬ ਨੂੰ ਗਮਰਾਹ ਕਰਕੇ ਆਪਣੇ ਨਾਲ ਲਾਉਣਾ ਚਾਹੁੰਦੇ ਸੀ। ਪਰ ਬੈਂਸ ਸਾਹਿਬ ਨੇ ਸਭ ਤੋਂ ਵੱਡਾ ਧੋਖਾ ਆਮ ਆਦਮੀ ਨੂੰ ਬੈਂਸ ਸਾਹਿਬ ਨੇ ਦਿੱਤਾ ਅਤੇ ਉਹਦਾ ਅੱਜ ਜਿਹੜਾ ਉਹਨਾਂ ਨੂੰ ਵੀ ਜਵਾਬ ਆ ਜਿਹੜਾ ਲੋਕਾਂ ਨੇ ਦਿੱਤਾ। ਅਤੇ ਮੈਂ ਸਮਝਦਾ ਆਪਣੀਆਂ ਸੀਟਾਂ 'ਤੇ ਸਾਊਥ ਅਤੇ ਆਤਮਨਗਰ 'ਚ ਬਹੁਤ ਵੱਡਾ ਜਵਾਬ ਜਿਹੜਾ ਹੈ ਉਹ ਬੈਂਸ ਸਾਹਿਬ ਨੂੰ ਮਿਲਿਆ ਹੈ ਅਤੇ ਜ਼ਰੂਰ ਉਹਨਾਂ ਨੂੰ ਆਪਣੀ ਜਿਹੜੀ ਸਿਆਸਤ ਆਉਣ ਵਾਲੇ ਦਿਨਾਂ 'ਚ ਪ੍ਰੋਪਾਗੰਡੇ ਦੀ ਨਹੀਂ, ਸਿਰਫ ਮੀਡੀਆ 'ਚ ਨਹੀਂ, ਸਿਰਫ ਵਟਸਐਪ 'ਤੇ ਨਹੀਂ, ਸਿਰਫ ਸੋਸ਼ਲ ਮੀਡੀਆ 'ਤੇ ਨਹੀਂ, ਜ਼ਮੀਨੀ ਲੈਵਲ 'ਤੇ ਵੀ ਉਹਨਾਂ ਨੂੰ ਕੰਮ ਕਰਨਾ ਪਏਗਾ। ਜਦਕਿ ਬੁੱਢੇ ਨਾਲੇ ਦੀ ਸਮੱਸਿਆ ਦਾ ਹੱਲ ਕਰਨਾ ਉਹਨਾਂ ਦੀ ਪ੍ਰਾਥਮਿਕਤਾ ਰਹੇਗੀ। ਉੱਥੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਬਿਆਨ ਨੂੰ ਲੈ ਕੇ ਪੰਜਾਬ ਕਾਂਗਰਸ ਵਿੱਚ ਮਚੇ ਘਮਾਸਾਨ ਤੇ ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹਨ। ਦੇਖੋ ਸਭ ਤੋਂ ਪਹਿਲਾਂ ਤਾਂ ਮੇਰਾ ਇਸ ਵਾਰ ਦਾ ਮਿਸ਼ਨ ਬੁੱਢਾ ਨਾਲ ਆਏ, ਜਿਹੜਾ ਬੁੱਢਾ ਦਰਿਆ ਦੁਆਰਾ ਬਣਾਉਣਾ, ਚਾਹੇ ਮੈਨੂੰ ਕੁਛ ਕਰਨਾ ਪਵੇ। ਲੋਕਾਂ ਨੂੰ ਐਡਾ ਵੱਡ ਵਿਸ਼ਵਾਸ ਲੋਕ ਦੇ ਨਹੀਂ ਸਕਦੇ, ਮੈਂ ਤਾਂ ਰਿਣੀ ਹਾਂ ਅਤੇ ਸਾਰੇ ਕਾਂਗਰਸ ਦੇ ਵਰਕਰਾਂ ਦਾ ਇਸ ਮੋਦੀ ਲਹਿਰ ਦੇ ਵਿੱਚ ਜਿਹੜੀ ਕਿਹਾ ਜਾਂਦਾ ਸੀ ਉਹਨੂੰ ਲੁਧਿਆਣੇ ਫਿਰ ਰੋਕਿਆ, ਲੁਧਿਆਣੇ ਉਹਨੂੰ ਫਿਰ ਬੰਨ ਲਾਇਆ ਅਤੇ ਵੱਡੀ ਲੀਡ ਨਾ ਜਿਤਾਇਆ। ਮੈਂ ਸਾਰੇ ਕਾਂਗਰਸ ਦੇ ਪਾਰਟੀ ਦੇ ਵਰਕਰਾਂ ਦੇ ਮੂਹਰੇ, ਲੀਡਰਾਂ ਦੇ ਮੂਹਰੇ ਸਿਰ ਚੁਕਾਉਣਾ ਅਤੇ ਉਹਨਾਂ ਦਾ ਕਰਜ਼ਈ ਹਾਂ। ਅਤੇ ਕੈਪਟਨ ਅਮਰਿੰਦਰ ਸਿੰਘ ਦੇ ਅਸੀਂ ਰਿਣੀ ਹਾਂ, ਜੇ ਕੈਪਟਨ ਅਮਰਿੰਦਰ ਸਿੰਘ ਹੀ ਸਾਡਾ ਲੀਡਰ ਆ ਅਤੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਵੱਲ ਜਿਹੜਾ ਵੀ ਕੋਈ ਮਾੜੀ ਸ਼ਬਦਾਲੀ ਵਰਤੇਗਾ ਉਹਨੂੰ ਅਸੀਂ ਮੂੰਹ ਤੋੜ ਜਵਾਬ ਆ ਜਿਹੜਾ ਕਾਂਗਰਸ ਪਾਰਟੀ ਵਾਲੇ ਦੇਵਾਂਗੇ। ਅਤੇ ਕੈਪਟਨ ਅਮਰਿੰਦਰ ਸਿੰਘ ਹੀ ਸਾਡੇ ਮੁੱਖ ਮੰਤਰੀ ਨੇ ਅਤੇ 5 ਸਾਲ ਲਈ ਕੈਪਟਨ ਅਮਰਿੰਦਰ ਸਿੰਘ ਸਾਡੇ ਮੁੱਖ ਮੰਤਰੀ ਰਹਿਣਗੇ, ਪੱਤਾ ਨਹੀਂ ਕੁਸਕਣ ਦੇਵਾਂਗੇ ਉਹਨਾਂ ਦੇ ਖਿਲਾਫ ਕਿਸੇ ਦੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।